ਪੰਜਾਬ ਵਿਧਾਨ ਸਭਾ ਵਿੱਚ ਅੱਜ ਨਾਗਰਿਕਤਾ ਸੋਧ ਕਾਨੂੰਨ ਦੇ ਉਲਟ ਮਤਾ ਪਾਸ ਕੀਤਾ ਗਿਆ। ਮਤਾ ਇਹ ਪਾਸ ਹੋਇਆ ਕਿ ਜੋ ਕੇਂਦਰ ਸਰਕਾਰ ਨੇ ਇਸ ਕਾਨੂੰਨ ਵਿੱਚ ਤਰਮੀਮਾਂ ਕੀਤੀਆਂ ਨੇ ਉਹਨਾਂ ਨੂੰ ਮਨਸੂਖ ਕੀਤਾ ਜਾਵੇ, ਰੱਦ ਕੀਤਾ ਜਾਵੇ, ਕਿਉਂਕਿ ਜੋ ਨਾਗਰਿਕਤਾ ਸੋਧ ਕਾਨੂੰਨ ਦੀਆਂ ਜਿਹੜੀਆਂ ਨੇ ਤਰਮੀਮਾਂ ਨੇ ਉਹ ਜੋ ਭਾਰਤ ਦਾ ਸੰਵਿਧਾਨ ਆ ਉਹਨੂੰ ਠੇਸ ਪਹੁੰਚਾਉਣ ਵਾਲੀਆਂ ਨੇ। ਉਹਦੀ ਜੋ ਭਾਵਨਾ ਸਾਰੇ ਧਰਮਾਂ ਦਾ ਜੋ ਸਤਿਕਾਰ ਕਰਨ ਵਾਲੀ ਭਾਵਨਾ ਉਹਦੇ ਉਹ ਜੋ ਕਾਨੂੰਨ ਹੈ ਉਲਟਾ, ਜਿਸ ਕਾਰਨ ਵਿਧਾਨ ਸਭਾ ਵਿੱਚ ਤਕਰੀਬਨ 2 ਘੰਟੇ ਇਸ ਮਸਲੇ ਨੂੰ ਲੈ ਕੇ ਚਰਚਾ ਹੋਈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜੋ ਕਾਂਗਰਸ ਵੱਲੋਂ ਇੱਥੇ ਮਤਾ ਪਾਸ ਕੀਤਾ ਗਿਆ ਸੀ ਕਿ ਕੇਂਦਰ ਦਾ ਜੋ ਕਾਨੂੰਨ ਆ ਉਹ ਠੀਕ ਨਹੀਂ, ਉਹਦੇ ਬਾਰੇ ਉਹਦੀ ਪ੍ਰੋੜਤਾ ਕੀਤੀ, ਜਦਕਿ ਅਕਾਲੀ ਦਲ ਨੇ ਆਪਣਾ ਇਹ ਪੱਖ ਰੱਖਿਆ ਕਿ ਜੋ ਇਹ ਕਾਨੂੰਨ ਆ ਇਹਦੇ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਹੁਣ ਵੇਖਣਾ ਇਹ ਹੋਏਗਾ ਕਿ ਇਹ ਮਤਾ ਜੋ ਕੇਂਦਰ ਸਰਕਾਰ ਨੂੰ ਜਾਏਗਾ, ਕੇਂਦਰ ਸਰਕਾਰ ਵਿਧਾਨ ਸਭਾ ਦੀ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੀ ਆ। ਪਰ ਇੱਕ ਗੱਲ ਸਾਫ਼ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਸਟੈਂਡ ਲਿਆ ਹੋਇਆ, ਉਸੇ ਸਟੈਂਡ ਦੀ ਪ੍ਰੋੜਤਾ ਕਰਦੇ ਹੋਏ ਅੱਜ ਵਿਧਾਨ ਸਭਾ ਨੇ ਇਹ ਮਤਾ ਪਾਸ ਕੀਤਾ। ਚੰਡੀਗੜ੍ਹ ਤੋਂ ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ।